ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਈ ਚੈਨਲ। ਸੋ ਅੱਜ ਕੰਟੀਨਿਊ ਕਰਾਂਗੇ ਆਪਣੇ ਨੈਕਸਟ ਮੌਕ ਦੇ ਨਾਲ, ਠੀਕ ਹੈ। ਅਤੇ ਇਹਦੇ ਵਿੱਚ ਵੀ ਆਪਾਂ ਮਿਕਸਡ ਕੁਐਸਚਨ ਲੈ ਕੇ ਆਏ ਹਾਂ, ਅਤੇ ਜੋ ਕਿ ਸਾਰੇ ਹੀ ਪੰਜਾਬ ਦੇ ਪੇਪਰ PSSSB, ਲੇਬਰ ਇੰਸਪੈਕਟਰ, ਸੀਨੀਅਰ ਅਸਿਸਟੈਂਟ, ਜੇਲ੍ਹ ਵਾਰਡਨ, ਪੰਜਾਬ ਪੁਲਿਸ, ਇਹਨਾਂ ਸਾਰਿਆਂ ਹੀ ਪੇਪਰਾਂ ਲਈ ਬਹੁਤ ਇੰਪੋਰਟੈਂਟ ਕੁਐਸਚਨਸ ਨੇ ਇਹਦੇ ਵਿੱਚ, ਠੀਕ ਹੈ। ਮੀਡੀਅਮ ਟੂ ਹਾਈ ਲੈਵਲ ਦੇ ਕੁਐਸਚਨ ਨੇ, ਠੀਕ ਹੈ, ਅਤੇ ਕੁਝ ਕੁਐਸਚਨ ਈਜ਼ੀ ਵੀ ਨੇ। ਸੋ ਕਰਦੇ ਹਾਂ ਅਟੈਂਪਟ। ਅਤੇ ਸਭ ਤੋਂ ਮੇਨ ਗੱਲ ਕਿ ਇਹ ਕੁਐਸਚਨ ਅਸੀਂ ਉਸ ਤਰ੍ਹਾਂ ਸੈੱਟ ਕੀਤੇ ਨੇ ਕਿ ਜਿਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ, ਠੀਕ ਹੈ। ਸੋ ਡੇਲੀ ਆਪਾਂ ਇੱਦਾਂ ਦੇ ਕੁਐਸਚਨ ਕਵਰ ਕਰਦੇ ਹਾਂ, ਉਹੀ ਥੀਮਸ ਲੈ ਕੇ ਆਈਦੇ ਨੇ, ਸੋ ਦੈਟ ਤੁਹਾਡੀ ਇਗਜ਼ਾਮ ਦੀ ਤਿਆਰੀ ਹੋਏ, ਠੀਕ ਹੈ ਜੀ। ਤੋ ਫਸਟ ਕੁਐਸਚਨ ਹੈ ਕਿ ਉੱਲ ਕਿਸ ਦੀ ਸਹਾਇਕ ਨਦੀ ਹੈ, ਯਾਨੀ ਕਿ ਜੋ ਉੱਲ ਨਦੀ ਹੈ ਉਹ ਕਿਸ ਦੀ ਟ੍ਰਾਈਬਿਊਟਰੀ ਹੈ, ਠੀਕ ਹੈ। ਤਾਂ ਆਪਣੇ ਕੋਲ ਆਪਸ਼ਨਸ ਨੇ ਸਤਲੁਜ, ਬਿਆਸ ਜਾਂ ਰਾਵੀ। ਸੋ ਸਭ ਤੋਂ ਪਹਿਲਾਂ ਦੇਖ ਲਓ ਕਿ ਸਹਾਇਕ ਨਦੀ ਕੀ ਹੁੰਦੀ ਹੈ, ਜਿਵੇਂ ਕਿ ਇਹ ਮੇਨ ਨਦੀ ਹੈ, ਹੈ ਨਾ। ਆਪਾਂ ਸਤਲੁਜ ਦਰਿਆ ਦੀ ਇਗਜ਼ਾਮਪਲ ਲੈ ਲਈਏ ਤਾਂ ਇਹ ਮੇਨ ਨਦੀ ਹੈ, ਅਤੇ ਇਹਦੇ ਵਿੱਚ ਇਹਦੇ ਨਾਲੋਂ, ਹੈ ਨਾ, ਇਹ ਮੇਨ ਰਿਵਰ ਦੇ ਵਿੱਚੋਂ ਜੋ ਨਦੀਆਂ ਨਿਕਲ ਰਹੀਆਂ ਨੇ ਦੈਟ ਆਰ ਨੋਨ ਐਸ ਟ੍ਰਾਈਬਿਊਟਰੀਜ਼, ਠੀਕ ਹੈ। ਉਸ ਨਦੀ ਦੀਆਂ ਟ੍ਰਾਈਬਿਊਟਰੀਜ਼ ਹੁੰਦੀਆਂ ਨੇ। ਸੋ ਜੋ ਉੱਲ ਹੈ, ਠੀਕ ਹੈ, ਉਹ ਬਿਆਸ ਜੋ ਨਦੀ ਹੈ ਉਹਦੀ ਸਹਾਇਕ ਨਦੀ ਹੈ, ਠੀਕ ਹੈ ਜੀ। ਅਤੇ ਹੋਪਸੋ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ ਕਿ ਸਹਾਇਕ ਨਦੀ ਕੀ ਹੁੰਦੀ ਹੈ। ਸੋ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਇਹ ਦੱਸਣਾ ਹੈ ਕਿ ਜੋ ਬਿਆਸ ਹੈ ਉਹਦਾ ਓਰੀਜਨ ਕੀ ਹੈ, ਯਾਨੀ ਕਿ ਉਹ ਸ਼ੁਰੂ ਕਿੱਥੋਂ ਹੁੰਦੀ ਹੈ, ਕਿਹੜੀ ਸਟੇਟ ਤੋਂ ਅਤੇ ਕਿੱਥੋਂ ਸ਼ੁਰੂ ਹੁੰਦੀ ਹੈ, ਠੀਕ ਹੈ। ਬਿਕੋਜ਼ ਇਹ ਵਾਲਾ ਕੁਐਸਚਨ ਅਤੇ ਉਹਦਾ ਓਰੀਜਨ ਇਜ਼ ਵੈਰੀ ਇੰਪੋਰਟੈਂਟ, ਠੀਕ ਹੈ। ਇਹ ਪੇਪਰਾਂ ਦੇ ਵਿੱਚ ਆਲਰੇਡੀ ਪੁੱਛੇ ਜਾ ਚੁੱਕੇ ਨੇ। ਸੋ ਨੈਕਸਟ ਇੰਪੋਰਟੈਂਟ ਕੁਐਸਚਨ ਹੈ ਕਿ ਚੱਕ ਨਾਨਕੀ ਕਿਸ ਦਾ ਹੋਰ ਨਾਮ ਹੈ, ਯਾਨੀ ਕਿ ਕਿਹੜੇ ਪਲੇਸ ਨੂੰ ਚੱਕ ਨਾਨਕੀ ਵੀ ਆਖਿਆ ਜਾਂਦਾ ਹੈ। ਸੋ ਨਨਕਾਣਾ ਸਾਹਿਬ, ਅਨੰਦਪੁਰ ਸਾਹਿਬ ਜਾਂ ਕਰਤਾਰਪੁਰ ਸਾਹਿਬ। ਸੋ ਇਹਦਾ ਸਹੀ ਆਂਸਰ ਹੈ ਜੀ ਆਪਸ਼ਨ ਬੀ, ਠੀਕ ਹੈ। ਅਨੰਦਪੁਰ ਸਾਹਿਬ ਨੂੰ ਚੱਕ ਨਾਨਕੀ ਵੀ ਕਿਹਾ ਜਾਂਦਾ ਹੈ। ਅਤੇ ਜੇ ਕੁਐਸਚਨ ਇਹ ਆ ਜਾਏ ਕਿ ਚੱਕ ਨਾਨਕੀ ਜੋ ਹੈ ਉਹ ਵਸਾਇਆ ਕਿੰਨੇ ਸੀ, ਤਾਂ 9ਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਇਹ ਸ਼ਹਿਰ ਵਸਾਇਆ ਸੀਗਾ ਆਪਦੀ ਮਾਤਾ ਜੀ, ਜਿਨ੍ਹਾਂ ਦਾ ਨਾਂ ਸੀ ਨਾਨਕੀ ਜੀ, ਉਹਨਾਂ ਦੇ ਨਾਮ 'ਤੇ ਇਹ ਸ਼ਹਿਰ ਉਹਨਾਂ ਨੇ ਵਸਾਇਆ ਸੀਗਾ, ਠੀਕ ਹੈ। ਅਤੇ ਬਾਅਦ ਵਿੱਚ ਇਹਦਾ ਨਾਮ ਹੈ ਜੋ ਅਨੰਦਪੁਰ ਸਾਹਿਬ ਪੈ ਗਿਆ, ਠੀਕ ਹੈ। ਸੋ ਲਾਹੌਰ ਦੀ ਸੰਧੀ ਕਦੋਂ ਹੋਈ ਸੀਗੀ, ਜੋ ਟ੍ਰੀਟੀ ਆਫ ਲਾਹੌਰ ਹੈ ਉਹ ਕਦੋਂ ਹੋਈ ਸੀਗੀ, ਹਾਂਜੀ। ਆਪਸ਼ਨ ਬੀ ਇਜ਼ ਕਰੈਕਟ ਆਂਸਰ, 1846 ਦੇ ਵਿੱਚ ਹੋਈ ਸੀ। ਅਤੇ ਕਿੰਨਾ ਦੇ ਵਿਚਕਾਰ ਹੋਈ ਸੀ, ਮਹਾਰਾਜਾ ਦਲੀਪ ਸਿੰਘ, ਠੀਕ ਹੈ, ਅਤੇ ਬ੍ਰਿਟਿਸ਼ ਦੇ ਵਿੱਚ ਹੋਈ ਸੀਗੀ। ਆਫਟਰ ਦ ਜਦੋਂ ਆਪਣੇ ਕੋਲ ਸੈਕਿੰਡ ਐਂਗਲੋ ਵਾਰ ਸਿੱਖ ਸੋਰੀ ਫਸਟ ਐਂਗਲੋ ਸਿੱਖ ਵਾਰ ਜਦੋਂ ਹੋ ਗਿਆ ਸੀਗਾ, ਠੀਕ ਹੈ, ਤਾਂ ਬੈਟਲ ਆਫ ਸਬਰਾਓ ਤੋਂ ਬਾਅਦ ਜੋ ਇਹ ਸੰਧੀ ਹੋਈ ਸੀਗੀ, ਠੀਕ ਹੈ ਜੀ, 1846 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਐਂਡ ਬ੍ਰਿਟਿਸ਼ ਦੇ ਵਿੱਚ। ਸੋ ਨੈਕਸਟ ਕੁਐਸਚਨ ਹੈ ਕਿ ਤਰਲੇ ਤੁਪਕੇ ਕਿਸ ਨੇ ਲਿਖੀ ਹੈ, ਇਹ ਜੋ ਰਚਨਾ ਹੈ ਇਹ ਕਿਸ ਦੀ ਲਿਖੀ ਹੋਈ ਹੈ। ਇੱਦਾਂ ਦੇ ਕੁਐਸਚਨ ਆਮ ਹੀ ਤੁਹਾਨੂੰ ਕੋਈ ਨਾ ਕੋਈ ਪੇਪਰ ਦੇ ਵਿੱਚ ਲਿਟਰੇਚਰ ਦੇ ਨਾਲ ਲਿਖਣ ਨੂੰ ਮਿਲੇਗਾ। ਆਪਸ਼ਨ ਅਲੱਗ ਅਲੱਗ ਬੁੱਕਸ ਕਵਰ ਕਰਦੇ ਨੇ, ਅਲੱਗ ਅਲੱਗ ਨੋਵਲਸ, ਠੀਕ ਹੈ, ਕੋਈ ਨਾ ਕੋਈ ਪੁੱਛਦੇ ਰਹਿੰਦੇ ਨੇ। ਜੋ ਮੇਨ ਰਾਈਟਰਸ ਮੋਸਟਲੀ 5 ਤੋਂ 6 ਰਾਈਟਰਸ ਨੇ ਜਿਹਨਾਂ ਬਾਰੇ ਰਿਪੀਟਡਲੀ ਪੁੱਛਿਆ ਜਾਂਦਾ ਹੈ, ਠੀਕ ਹੈ। ਸੋ ਤਰਲੇ ਤੁਪਕੇ
ਸੋਰੀ ਤਰੇਲ ਤੁਪਕੇ ਹੈ ਇਹਦੇ ਵਿੱਚ, ਕਰੈਕਟ ਕਰ ਲੈਣਾ। ਸੋ ਇਹ ਜੀ ਕੰਪੋਜੀਸ਼ਨ ਹੈ ਭਾਈ ਵੀਰ ਸਿੰਘ ਜੀ ਦੀ, ਠੀਕ ਹੈ, ਅਤੇ ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਰਚਨਾ ਹੈ। ਅਤੇ ਕੱਲ੍ਹ ਤੁਹਾਨੂੰ ਇੱਕ ਜਰਨਲ ਕਰਵਾਇਆ ਸੀਗਾ ਕੱਲ੍ਹ ਵਾਲੇ ਮੌਕ ਦੇ ਵਿੱਚ, ਕਿ ਇੱਕ ਜਰਨਲ ਸ਼ੁਰੂ ਕੀਤਾ ਸੀਗਾ ਭਾਈ ਵੀਰ ਸਿੰਘ ਜੀ ਨੇ। ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਕਿ ਉਸ ਜਰਨਲ ਦਾ ਨਾਮ ਕੀ ਸੀਗਾ, ਉਸ ਮੈਗਜ਼ੀਨ ਦਾ ਨੇਮ ਕੀ ਸੀਗਾ ਜੋ ਭਾਈ ਵੀਰ ਸਿੰਘ ਜੀ ਨੇ ਸ਼ੁਰੂ ਕੀਤੀ ਸੀ ਪੱਤਰਿਕਾ, ਠੀਕ ਹੈ ਜੀ। ਸੋ ਅਗੇਨ ਮੈਂ ਤੁਹਾਨੂੰ ਦੱਸਦਾ ਕਿ ਰਾਈਟਰਸ ਦੇ ਵਿੱਚੋਂ ਗੁਰਦਿਆਲ ਸਿੰਘ, ਅੰਮ੍ਰਿਤਾ ਪ੍ਰੀਤਮ, ਭਾਈ ਵੀਰ ਸਿੰਘ, ਨਾਨਕ ਸਿੰਘ, ਠੀਕ ਹੈ, ਜਾਂ ਬਟਾਲਵੀ ਜੀ, ਸ਼ਿਵ ਬਟਾਲਵੀ, ਠੀਕ ਹੈ, ਇਹਨਾਂ ਨੂੰ ਜ਼ਰੂਰ ਕਰ ਲੈਣਾ। ਇਹਨਾਂ ਨੂੰ ਕਿਸੇ ਵੀ ਕੀਮਤ 'ਤੇ ਛੱਡਣਾ ਨਹੀਂ ਹੈ। ਬਹੁਤ ਜ਼ਿਆਦਾ ਇਹਨਾਂ ਤੋਂ ਰਿਪੀਟਡ ਕੁਸ਼ਚਨ ਆਉਂਦੇ ਆ ਇਹਨਾਂ ਦੀਆਂ ਰਚਨਾਵਾਂ ਦੇ ਨਾਲ, ਠੀਕ ਹੈ ਜੀ। ਸੋ ਐਕਸਕ੍ਰੀਸ਼ਨ ਲਈ ਕਿਹੜਾ ਅੰਗ ਹੈ ਜੋ ਬੋਡੀ ਦਾ ਉਹ ਰਿਸਪੋਂਸੀਬਲ ਹੈ, ਠੀਕ ਹੈ, ਲੰਗਸ, ਸਟਮਕ ਜਾਂ ਕਿਡਨੀ। ਸੋ ਐਕਸਕ੍ਰੀਸ਼ਨ ਪਹਿਲਾਂ ਹੁੰਦਾ ਕੀ ਹੈ, ਜੋ ਆਪਣੀ ਬੋਡੀ ਦਾ ਵੇਸਟ ਮਟੀਰੀਅਲ ਹੈ, ਠੀਕ ਹੈ, ਤਾਂ ਉਸ ਨੂੰ ਬਾਹਰ ਕੱਢਣ ਲਈ, ਠੀਕ ਹੈ, ਕਿਹੜਾ ਅੰਗ ਹੈ ਜੋ ਰੋਲ ਪਲੇ ਕਰਦਾ ਹੈ, ਉਹ ਵੇਸਟ ਮਟੀਰੀਅਲ ਨੂੰ ਬਣਾਉਂਦਾ ਕੌਣ ਹੈ, ਜਾਂ ਉਸ ਤੋਂ ਬਾਅਦ ਉਹਨੂੰ ਐਕਸਕ੍ਰੀਟ ਬੋਡੀ 'ਚੋਂ ਕਿਹੜਾ ਅੰਗ ਕਰਦਾ ਹੈ, ਠੀਕ ਹੈ। ਤਾਂ ਇਹਦਾ ਸਹੀ ਜਵਾਬ ਹੈ ਆਪਸ਼ਨ ਸੀ, ਕਿਡਨੀ, ਠੀਕ ਹੈ, ਜੋ ਆਪਣੇ ਗੁਰਦੇ ਹੁੰਦੇ ਨੇ ਇਹਨਾਂ ਦੇ ਵਿੱਚ ਹੀ ਸਾਰਾ ਵੇਸਟ ਮਟੀਰੀਅਲ ਹੈ ਜੋ ਬਣਦਾ ਹੈ, ਠੀਕ ਹੈ। ਜੋ ਲੰਗਸ ਨੇ ਦੈਟ ਇਜ਼ ਰਿਸਪੋਂਸੀਬਲ ਫੋਰ ਦਾ ਰੈਸਪੀਰੇਟਰੀ ਸਿਸਟਮ, ਯਾਨੀ ਕਿ ਸਾਹ ਲੈਣ ਵਾਸਤੇ, ਠੀਕ ਹੈ, ਆਪਾਂ ਨੂੰ ਲੰਗਸ ਰੋਲ ਪਲੇ ਕਰਦੇ ਨੇ। ਜੋ ਸਟਮਕ ਹੈ ਉਹ ਡਾਈਜੈਸਟਿਵ ਸਿਸਟਮ ਦਾ ਪਾਰਟ ਹੈ, ਠੀਕ ਹੈ, ਖਾਣਾ ਪ੍ਰਣਾਲੀ ਦਾ, ਠੀਕ ਹੈ, ਪੋਸ਼ਣ ਪ੍ਰਣਾਲੀ ਵਿੱਚ ਇਸ ਨੂੰ ਬੋਲਦੇ ਨੇ। ਅਤੇ ਜਿਹੜੀ ਕਿਡਨੀ ਹੈ ਇਹ ਐਕਸਕ੍ਰੀਸ਼ਨ ਦੇ ਵਿੱਚ ਹੈਲਪ ਕਰਦੀ ਹੈ। ਅਤੇ ਅਗਰ ਤੁਹਾਨੂੰ ਆਪਸ਼ਨ ਦੇ ਵਿੱਚ ਸਕਿਨ ਵੀ ਆ ਜਾਏ ਤਾਂ ਤੁਸੀਂ ਸਕਿਨ ਵੀ ਮਾਰਕ ਕਰਨੀ ਹੈ, ਕਿਉਂਕਿ ਜੋ ਪਸੀਨਾ ਹੈ ਅਤੇ ਉਹ ਸਕਿਨ ਰਾਹੀਂ ਆਪਣੀ ਬੋਡੀ 'ਚੋਂ ਬਾਹਰ ਨਿਕਲਦਾ ਹੈ, ਠੀਕ ਹੈ, ਸਕਿਨ ਐਂਡ ਕਿਡਨੀ। ਓਕੇ ਜੀ, ਸੋ ਅਗਲਾ ਕੁਸ਼ਚਨ ਹੈ ਕਿ ਮਹਾਂਕੋਸ਼ ਕਿਸ ਨੇ ਲਿਖਿਆ ਹੈ, ਮਹਾਨਕੋਸ਼, ਠੀਕ ਹੈ, ਕਿਸ ਦੀ ਰਚਨਾ ਹੈ, ਵੈਰੀ ਇੰਪੋਰਟੈਂਟ ਕੁਸ਼ਚਨ, ਠੀਕ ਹੈ, ਬਹੁਤ ਵਾਰ ਆ ਚੁੱਕਿਆ ਹੈ ਪੇਪਰਾਂ ਦੇ ਵਿੱਚ ਇਹ ਵਾਲਾ ਕੁਸ਼ਚਨ। ਭਾਈ ਵੀਰ ਸਿੰਘ, ਭਾਈ ਕਾਨ ਸਿੰਘ ਨਾਭਾ, ਜਾਂ ਭਾਈ ਗੁਰਦਾਸ ਜੀ। ਸੋ ਇਹਦਾ ਸਹੀ ਜਵਾਬ ਹੈ ਆਪਸ਼ਨ ਬੀ, ਭਾਈ ਕਾਨ ਸਿੰਘ ਨਾਭਾ ਨੇ, ਜੋ ਉਹਨਾਂ ਨੇ ਮਹਾਨਕੋਸ਼ ਲਿਖਿਆ ਸੀਗਾ, ਠੀਕ ਹੈ, ਜੋ ਭਾਈ ਗੁਰਦਾਸ ਜੀ ਨੇ, ਇਹਨਾਂ ਨੇ ਕਿ ਗੁਰੂ ਗ੍ਰੰਥ ਸਾਹਿਬ ਜੋ ਆਦਿ ਗ੍ਰੰਥ ਦੀ ਹੈ ਜੋ ਕੰਪਾਈਲੇਸ਼ਨ ਕੀਤੀ ਸੀ। ਇਹ ਵੀ ਯਾਦ ਰੱਖਣਾ ਹੈ, ਭਾਈ ਗੁਰਦਾਸ ਜੀ ਵਾਲਾ ਵੀ ਕੁਸ਼ਚਨ ਬਹੁਤ ਵਾਰ ਆ ਚੁੱਕਿਆ ਹੈ ਕਿ ਆਦਿ ਗ੍ਰੰਥ ਜਦੋਂ ਕੰਪਾਈਲੇਸ਼ਨ ਹੈ ਉਹ ਕਿੰਨਾ ਨੇ ਕੀਤੀ ਸੀਗੀ, ਤਾਂ ਉਹ ਕੀਤੀ ਸੀ ਭਾਈ ਗੁਰਦਾਸ ਜੀ ਨੇ, ਠੀਕ ਹੈ। ਸੋ ਲੋਥਲ ਕਿੱਥੇ ਹੈ, ਸਭ ਤੋਂ ਪਹਿਲਾਂ ਤਾਂ ਆਪਾਂ ਦੇਖੀਏ ਕਿ ਇਹ ਲੋਥਲ ਹੈ ਕਿ ਲੋਥਲ ਇੱਕ ਹੜੱਪਨ ਸਾਈਟ ਹੈ, ਠੀਕ ਹੈ, ਹੜੱਪਾ ਸਿਵਿਲਾਈਜੇਸ਼ਨ ਦੇ ਸਾਈਟਸ ਉੱਪਰ ਵੀ, ਜਾਂ ਹੜੱਪਨ ਸਿਵਿਲਾਈਜੇਸ਼ਨ ਦੇ ਵਿੱਚ ਤੁਹਾਨੂੰ ਮੋਸਟਲੀ ਇੱਕ ਦਾ ਕੁਸ਼ਚਨ ਪੇਪਰ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲੇਗਾ ਕਿ ਇਹਦੀ ਖੋਜ ਕਿੰਨੇ ਕੀਤੀ ਸੀ, ਠੀਕ ਹੈ, ਮੋਹਨ ਜੋਦੜੋ ਦੀ ਕਿੰਨੇ ਖੋਜ ਕੀਤੀ ਸੀ, ਪ੍ਰੈਜੈਂਟਲੀ ਮੋਹਨ ਜੋਦੜੋ ਕਿੱਥੇ ਹੈ। ਸੋ ਇਹ ਸਾਰੇ ਕੁਸ਼ਚਨ ਆਪਾਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਕਵਰ ਕੀਤੇ ਹੋਏ ਨੇ। ਹੜੱਪਨ ਦਾ ਮੈਚੋਰ ਫੇਸ ਕਿਹੜਾ ਹੈ, ਹਰੱਪਨ ਨੂੰ ਕਿਹੜੀ ਏਜ਼ ਦੇ ਨਾਲ ਰਿਲੇਟਿਡ ਹੈ, ਇਹ ਸਾਰੇ ਕੁਸ਼ਚਨ ਆਪਾਂ ਆਲਰੇਡੀ ਕਵਰ ਕਰ ਚੁੱਕੇ ਹਾਂ। ਸੋ ਲੋਥਲ ਵੀ ਇੱਕ ਜਗ੍ਹਾ ਹੈ ਜੋ ਹੜੱਪਾ ਦੇ ਨਾਲ ਰਿਲੇਟਿਡ ਹੈ ਅਤੇ ਬੜੀ ਹੀ ਇੰਪੋਰਟੈਂਟ ਹੈ, ਠੀਕ ਹੈ, ਦੇ ਪੇਪਰਾਂ ਦੇ ਵਿੱਚ ਪੁੱਛੀ ਜਾਂਦੀ ਹੈ। ਸੋ ਇਹਦਾ ਸਹੀ ਜਵਾਬ ਹੈ ਜੀ ਆਪਸ਼ਨ ਏ।
ਠੀਕ ਹੈ, ਇਹ ਜਗ੍ਹਾ ਹੈ ਜੋ ਇਹ ਰਾਜਸਥਾਨ ਦੇ ਵਿੱਚ ਹੈ। ਸੋ ਯਾਦ ਰੱਖਣਾ ਹੈ। ਅਗਲੀ ਹੈ, ਗੁੱਗਾ ਨੌਮੀ ਕਿਸ ਮਹੀਨੇ ਮਨਾਈ ਜਾਂਦੀ ਹੈ? ਠੀਕ ਹੈ, ਗੁੱਗੇ ਦੇ ਵਿੱਚ ਆਪਾਂ ਗੁੱਗਾ ਪੀਰ ਹੈ ਜੋ ਉਹਨੂੰ ਪੂਜਿਆ ਜਾਂਦਾ ਹੈ। ਸੋ ਇਹ ਪੰਜਾਬ ਦੇ ਵਿੱਚ ਮਨਾਈ ਜਾਂਦੀ ਹੈ ਕਿੱਥੇ, ਕਿਹੜੇ ਮਹੀਨੇ ਦੇ ਵਿੱਚ, ਕਿਹੜੇ ਦੇਸੀ ਮਹੀਨੇ ਦੇ ਵਿੱਚ ਮਨਾਈ ਜਾਂਦੀ ਹੈ? ਜੇਠ ਵਿੱਚ, ਭਾਦਰੋਂ ਵਿੱਚ ਜਾਂ ਸਾਉਣ ਵਿੱਚ? ਸੋ ਇਹਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ। ਠੀਕ ਹੈ, ਭਾਦੋਂ ਦੇ ਵਿੱਚ ਮਨਾਈ ਜਾਂਦੀ ਹੈ। ਅਗੇਨ ਆਈ ਐਮ ਟੈਲਿੰਗ ਕਿ ਆਪਾਂ ਨੇ ਕੁਐਸਚਨ ਉਸ ਤਰ੍ਹਾਂ ਅਰੇਂਜ ਕੀਤੇ ਨੇ ਜਿੱਦਾਂ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾਣੇ ਨੇ। ਇੱਦਾਂ ਹੀ ਕੋਈ ਨਾ ਕੋਈ ਫੈਸਟੀਵਲ ਦਾ ਨੇਮ ਦੇ ਦਿੱਤਾ ਜਾਂਦਾ ਹੈ, ਜਿਵੇਂ ਮਾਘੀ ਦਾ ਮੇਲਾ ਹੋ ਗਿਆ, ਹੋਲੀ ਹੋ ਗਈ। ਠੀਕ ਹੈ, ਤਾਂ ਪੁੱਛਿਆ ਜਾਂਦਾ ਹੈ ਕਿ ਕਿਹੜੇ ਮਹੀਨੇ ਦੇ ਵਿੱਚ ਮਨਾਈ ਜਾਂਦੀ ਹੈ, ਕਿਹੜੇ ਦੇਸੀ ਮਹੀਨੇ ਦੇ ਵਿੱਚ। ਠੀਕ ਹੈ, ਅਤੇ ਦੂਸਰਾ ਇਹਨਾਂ ਨਾਲ ਰਿਲੇਟਿਡ ਇੱਦਾਂ ਦੇ ਕੁਐਸਚਨ ਆਉਂਦੇ ਨੇ, ਜਿਵੇਂ ਆਪਾਂ ਨੂੰ ਪਤਾ ਹੈ ਕਿ ਮਾਘੀ ਤਾਂ ਮੁਕਤਸਰ ਦੇ ਵਿੱਚ ਮਨਾਉਂਦੀ ਹੈ। ਠੀਕ ਹੈ, ਜੋ ਸਪੈਸੀਫਿਕਲੀ ਇੱਕ ਪਲੇਸ ਦੇ ਨਾਲ ਰਿਲੇਟਿਡ ਨੇ, ਉਹਨਾਂ ਦੇ ਪਲੇਸ ਵੀ ਪੁੱਛ ਲਏ ਜਾਂਦੇ ਨੇ ਕਿ ਕਿਹੜਾ ਤਿਉਹਾਰ ਕਿੱਥੇ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਕੁਐਸਚਨ ਅਰੇਂਜ ਹੁੰਦੇ ਆ ਪੇਪਰ ਦੇ ਵਿੱਚ। ਸੋ ਤੁਸੀਂ ਉਹਨਾਂ ਨੂੰ ਤਿਆਰ ਵੀ ਇਸ ਤਰ੍ਹਾਂ ਹੀ ਕਰਨਾ ਹੈ। ਠੀਕ ਹੈ, ਸੋ 12 ਆਪਣੇ ਕੋਲ ਦੇਸੀ ਮਹੀਨੇ ਹੁੰਦੇ ਨੇ। ਠੀਕ ਹੈ, ਚੇਤਰ ਤੋਂ ਸ਼ੁਰੂ ਹੋ ਕੇ, ਠੀਕ ਹੈ, ਚੇਤ, ਵਿਸਾਖ, ਜੇਠ, ਹਾੜ, ਸਾਉਣ, ਭਾਦਰੋਂ, ਅੱਸੂ, ਕੱਤੇ, ਮੱਕਰ, ਪੋਹ, ਮਾਘ, ਫੱਗਣ। ਠੀਕ ਹੈ ਜੀ, ਇਹ 12 ਮਹੀਨੇ ਨੇ। ਜੋ ਮਾਘੀ ਦਾ ਮੇਲਾ ਹੈ ਉਹ ਮਾਘ ਵਿੱਚ ਆਉਂਦਾ ਹੈ। ਠੀਕ ਹੈ, ਸੋ ਇਸ ਤਰ੍ਹਾਂ ਤੁਸੀਂ ਯਾਦ ਰੱਖ ਲੈਣੇ ਨੇ। ਸੋ ਅਗਲਾ ਕੁਐਸਚਨ ਹੈ, ਲੁਧਿਆਣਾ ਪੰਜਾਬ ਦੇ ਕਿਹੜੇ ਭਾਗ ਵਿੱਚ ਹੈ? ਯਾਨੀ ਕਿ ਜੋ ਪੰਜਾਬ ਦੀਆਂ 5 ਡਿਵੀਜ਼ਨ ਕੀਤੀਆਂ ਹੋਈਆਂ ਨੇ ਜ਼ਿਲ੍ਹਿਆਂ ਦੇ ਹਿਸਾਬ 'ਤੇ, ਤਾਂ ਉਹਦੇ ਵਿੱਚੋਂ ਜੋ ਲੁਧਿਆਣਾ ਹੈ, ਕੀ ਉਹ ਜਲੰਧਰ ਵਾਲੇ ਪਾਰਟ ਵਿੱਚ ਆਉਂਦਾ ਹੈ, ਹੁਸ਼ਿਆਰਪੁਰ ਜਾਂ ਪਟਿਆਲੇ ਦੇ ਵਿੱਚ? ਕੱਲ੍ਹ ਵੀ ਆਪਾਂ ਨੇ ਕਵਰ ਕੀਤਾ ਸੀਗਾ। ਠੀਕ ਹੈ, ਇੱਕ ਕੁਐਸਚਨ ਫਰੀਦਕੋਟ ਜੋ ਡਿਵੀਜ਼ਨ ਹੈ ਉਹ ਕਵਰ ਕੀਤੀ ਸੀਗੀ। ਸੋ ਫਰੀਦਕੋਟ ਡਿਵੀਜ਼ਨ ਦੇ ਵਿੱਚ ਆਪਣੇ ਕੋਲ ਫਰੀਦਕੋਟ, ਮਾਨਸਾ ਐਂਡ ਇੱਕ ਹੋਰ ਜ਼ਿਲ੍ਹਾ ਆਉਂਦਾ ਹੈ, ਉਹਦਾ ਨਾਮ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ। ਇਹ ਆਪਾਂ ਹਾਲੇ ਕੱਲ੍ਹ ਹੀ ਕੁਐਸਚਨ ਕਵਰ ਕੀਤਾ ਹੈ। ਸੋ ਇਸ ਕੁਐਸਚਨ ਦਾ ਆਂਸਰ ਹੈ ਜੀ ਪਟਿਆਲਾ। ਜੋ ਲੁਧਿਆਣਾ ਹੈ, ਠੀਕ ਹੈ, ਉਹ ਸੰਗਰੂਰ, ਪਟਿਆਲਾ, ਲੁਧਿਆਣਾ ਐਂਡ ਫਤਿਹਗੜ੍ਹ ਸਾਹਿਬ, ਇਹ ਸਾਰੇ ਇੱਕ ਡਿਵੀਜ਼ਨ ਦੇ ਅੰਡਰ ਆਉਂਦੇ ਨੇ। ਠੀਕ ਹੈ, ਸੋ ਅਗਲਾ ਕੁਐਸਚਨ ਹੈ ਕਿ ਪੰਜਾਬ ਵਿੱਚ ਲੋਕ ਸਭਾ ਹਲਕੇ ਕਿੰਨੇ ਨੇ? ਠੀਕ ਹੈ, ਯਾਨੀ ਕਿ ਪੰਜਾਬ ਵਿੱਚੋਂ ਕਿੰਨੇ MP ਚੁਣੇ ਜਾਂਦੇ ਨੇ? ਪਾਰਲੀਮੈਂਟ ਦੇ 2 ਹਾਊਸ ਨੇ, ਲੋਕ ਸਭਾ ਅਤੇ ਰਾਜ ਸਭਾ। ਅਤੇ ਲੋਕ ਸਭਾ ਦੀਆਂ ਪੰਜਾਬ ਵਿੱਚ ਕਿੰਨੀਆਂ ਸੀਟਾਂ ਨੇ? ਸੋ ਇਹਦਾ ਸਹੀ ਜਵਾਬ ਹੈ ਜੀ 13। ਠੀਕ ਹੈ, 13 MP ਨੇ ਜੋ ਪੰਜਾਬ 'ਚੋਂ ਚੁਣੇ ਜਾਂਦੇ ਨੇ, ਯਾਨੀ ਕਿ ਮੈਂਬਰ ਆਫ ਪਾਰਲੀਮੈਂਟ। ਠੀਕ ਹੈ, ਅਤੇ ਅਗਰ ਰਾਜ ਸਭਾ ਦੇ MP ਪੁੱਛ ਲਏ ਜਾਣੇ ਹਲਕੇ, ਤਾਂ ਉਹ 7 ਨੇ। ਠੀਕ ਹੈ, 7 ਜੋ MP ਨੇ ਉਹ ਪੰਜਾਬ ਦੇ ਵਿੱਚ ਰਾਜ ਸਭਾ ਦੇ ਨੇ। 117 ਜੋ MLA ਬਣਦੇ ਨੇ, 117 MLA, ਠੀਕ ਹੈ, ਯਾਨੀ ਕਿ ਮੈਂਬਰ ਆਫ ਲੈਗਿਸਲੇਚਰ ਅਸੈਂਬਲੀ। ਅਤੇ ਇਹ ਹੋ ਗਏ ਮੈਂਬਰ ਆਫ ਪਾਰਲੀਮੈਂਟ, ਜੋ ਕਿ ਸੈਂਟਰ ਲੈਵਲ 'ਤੇ ਬਣਦੇ ਨੇ, ਇਹ ਆਪਣੇ ਸਟੇਟ ਲੈਵਲ 'ਤੇ ਹੁੰਦੇ ਨੇ। ਠੀਕ ਹੈ, ਸੋ ਇਹ ਨੇ ਕੁਛ ਇੰਪੋਰਟੈਂਟ ਕੁਐਸਚਨ, 10 ਕੁਐਸਚਨ ਅੱਜ ਦੇ ਮੌਕ ਦੇ। ਠੀਕ ਹੈ, ਹੋਪ ਸੋ ਤੁਹਾਨੂੰ ਸਮਝ ਆਈ ਹੋਏਗੀ। ਕੋਸ਼ਿਸ਼ ਕਰਦੇ ਹਾਂ ਆਪਦੇ ਵੱਲੋਂ ਕਿ ਤੁਹਾਨੂੰ ਬੈਟਰ ਐਕਸਪਲੇਨੇਸ਼ਨ ਦੇਈਏ। ਠੀਕ ਹੈ, ਫਿਰ ਵੀ ਕੋਈ ਕਮੀ ਰਹਿ ਜਾਂਦੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ। ਔਰ ਅਗਰ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਕਾਇੰਡਲੀ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ। ਅਤੇ ਅਗਰ ਚੈਨਲ 'ਤੇ ਨਵੇਂ ਹੋ ਤਾਂ ਕਾਇੰਡਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ।
थैंक यू सो मच।